बिस्मिल्लाहिर्रहमानिर्रहीम अस्सलाम असलम मैं वहीद खान देखते हो अपना फैमिली यूट्यूब चैनल वहीद खान तनौली जी नाजरी ने इस वक्त मैं तरबेला झील के किनारे मौजूद हाँ और माड़ी बैक साइड तेख तो सकते हो कि तमाम जितना भी एरिया है इस पे सारे बड़ी जी तरबेला झील है और सब इलाके का कितना खूबसूरत मंजर है कितना खूबसूरत नज़ारा है तमाम पहाड़ा ने सेंटर के सो ਤਰਪੇਲਾ ਜੀਲ ਦਾ ਨਜ਼ਾਰਾ ਨਜ਼ਰ ਆਸੀ ਹਿਮਾਲੀ ਬੈਕਸਾਈਡ ਦਾ ਅਸ਼ੀਰਵਾਦੀ ਬੈਠੇ ਦਨ ਔਰ ਮੈਂ ਸੋਚਿਆ ਕਿ ਭਾਈ ਅੱਜ ਦਾ ਮੈਂ ਜਿਹੜਾ ਵਲੌਗ ਹੈ ਤਰਪੇਲਾ ਜੀਲ ਦੇ ਉੱਤੇ ਮੈਂ ਤੁਸਾਂ ਨੂੰ ਜ਼ਰੂਰ ਸ਼ੇਅਰ ਕਰਾਂ ਜਦ ਕਦੇ ਵੀ ਮਰੇਸ ਪਾਸੇ ਕੋ ਗੁਜ਼ਰੋ ਹੋਵੇ ਤੇ ਮੈਂ ਕੋਸ਼ਿਸ਼ ਕਰਦਾ ਕਿ ਭਾਈ ਮੈਂ ਆਪਣੇ तमाम ਪੈਣਾ ਭਰਾਵਾਂ ਦੇ ਨਾਲ ਇਹ ਜਿਹੜੇ ਏਰੀਆ ਇਸ ਤਰ੍ਹਾਂ ਜਿਹੜਾ ਵਿਊ ਹੈ ਮੈਂ ਜ਼ਰੂਰ ਤੁਸਾਂ ਨਾਲ ਸ਼ੇਅਰ ਕਰਾਂ ਇਸ ਕੋ ਜ਼ਰੂਰ ਦੇਖੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਕਮੈਂਟਸ ਵਿੱਚ ਦੱਸੋ ਤੁਸਾਂ ਕੋ ਭਾਈ ਵੀਡੀਓ ਪਸੰਦ ਆਈਏ ਕਿ ਨਹੀਂ ਆਈ ਔਰ ਜਿਤਨੇ ਵੀ ਮਾਰੇ ਭੈਣ ਭਰਾ ਇਸ ਚੈਨਲ ਦੇ ਉਤਾਂ ਨਵੇਂ ਹੋ ਉਹ ਵੀ ਜ਼ਰੂਰ ਇਸ ਕੋ ਸਬਸਕ੍ਰਾਈਬ ਕਰੋ ਤਾਂ ਆਕੇ ਮਾੜੀ ਆਣ ਵਾਲੀ ਵੀਡੀਓ ਤੁਸਾਂ ਤੱਕ ਬਰਵਾਕ ਪਹੁੰਚਦੀ ਰਹੇ ਮਨੇ ਨਾਲ ਨਾਲ ਗੈਸੋਤਸਗ ਨੇ ਜੀਲ ਦਾ ਵਿਜ਼ਿਟ ਕਰਾਨਾ ਇਨਸ਼ਾਅੱਲਾ ਤਾਂ ਕੋ ਮਨੇ ਨਾਲ तमाम ਨਜ਼ਾਰੇ ਤੁਸਾਂ ਕੋ ਮੈਂ ਦਸਤਾ ਜੀ ਨਜ਼ਾਰੇ ਤੁਸਾਂ ਦੇਖ ਸਕਤੇ ਹੋ ਕਿਤਨਾ ਖੂਬਸੂਰਤ ਮੰਜ਼ਰ ਹੈ ਇਤਨਾ ਬਿਹਤਰੀਨ 뷰 ਹੈ। ਔਰ ਸਾਈਡਾਂ ਤਾਂ ਜਿਹੜੇ ਅਸਾਂ ਦੇ ਪਹਾੜ ਹਨ। ਉਹਨਾਂ ਦਾ ਇੱਕ ਆਪਣੀ ਖੂਬਸੂਰਤ ਨਜ਼ਾਰਾ ਹੈ। ਸਰਸਬਜ਼ੋ ਸ਼ਾਦਾਬ ਵਾਦੀਆਂ। ਬਿਹਤਰੀਨ ਪਾਣੀ ਤਰਬੀਲਾ ਝੀਲ ਦਾ। ਇੱਥੇ ਅਸਾਂ ਕੋਲ ਬशीर ਮਹਮਦ ਬੈਠੇ ਨੇ ਕੋਲ ਪੁੱਛਦੇ ਆ ਕਿ ਭਾਈ ਇਸ ਵਿੱਚ ਕਿਹੜੀ ਕਿਹੜੀ ਮੱਸੀ ਪਾਈ ਜੁਲਦੀ ਹੈ ਇਸ ਝੀਲ ਦੇ ਅੰਦਰ।

ਯਾਨੀ ਕਿ ਪਾਕਿਸਤਾਨ ਦੇ ਮੁxtਲਫ ਇਲਾਕਿਆਂ ਤੋਂ ਲੋਕ ਇੱਥੇ ਮੱਛੀ ਦਾ ਸ਼ਿਕਾਰ ਕਰਨ ਆ ਸਾਂਦੇ ਨੇ ਦੋਸਤਾਂ ਕਿਹੜਾ ਤਰੀਕਾ ਕਰ ਹੈ ਕੋਈ ਪਰਮਨਟ ਕਿ ਨਾ ਪੈਂਦਾ ਕੋਈ ਪਰਚੀ ਕਰਨੀ ਪੈਂਦੀ ਹੈ ਯਾਰਾ ਜੀ ਯਾਨੀ ਤੇ ਠੇਕਦਾਰ ਤੇ ਬੰਦੇ ਵੇੜੀ ਤਾਂ ਦੇਣ ਉਹਨਾਂ ਖਾਤੀ ਤੇ 500 ਰੁਪਏ ਦੀ ਪਰਚੀ ਅੱਛਾ ਦੋ ਰਾੜ ਦੀ ਪਰਚੀ 500 ਅੱਛਾ ਕੁੰਡੀ ਨਾਲ ਮਤਲਬ ਦੋ ਰਾੜਾਂ ਨਾਲ ਸੱਮੱਛੀ ਪਕੜ ਸਕਦੇ ਹੋ ਤੇ ਵੈਸੇ ਜਿਹੜੇ ਲੋਕ ਜਾਲ ਲਾਂਦੇ ਨੇ ਮਾ ਜਿਹੜੇ ਜਾਲ ਲਾਂਦੇ ਨੇ ਉਹ ਆਪਣਾ ਗੁਜ਼ਾਰਾ ਕਰਦੇ ਖਾਣਾ ਪਕਾਉਣ ਨਾਲ ਸੇ ਕਰਕੇ ਅੱਛਾ ਅੱਛਾ ਉਹ ਬਹਿ ਪਰਚੀਤ ਹੋ ਉਸ ਦਾ ਕੋਈ ਜੁਰਮਾਨਾ ਸ਼ਰਮਾਨੇ ਵੀ ਹੁੰਦੇ ਜੁਰਮਾਨਾ ਤੱਕੜੇ ਜੁਨੇ ਤੇ ਜਾਲ ਕੇ ਜੁਲਦੇ ਅੱਛਾ ਅੱਛਾ ਇਹ ਮੋਟਾ ਹੈ ਤੇ ਜਾਲ ਜੀ ਜੀ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੋਂ ਮੈਂ ਤੁਹਾਨੂੰ ਥੋੜਾ ਜਿਹਾ ਜ਼ੂਮ ਕਰਕੇ ਦਸਤਾਂਗ ਦੇ ਜਿਹੜੇ ਸ਼ਿਕਾਰ ਕਰਨ ਵਾਲੇ ਲੋਕ ਨੇ ਜਿਹੜੇ ਮੱਛੀ ਦਾ ਸ਼ਿਕਾਰ ਕਰਦੇ ਨੇ ਤੇ ਇਹਨਾਂ ਨੇ ਰਾਡ ਲਾਏ ਦੇ ਇਹ ਦੇਖ ਸਕਦੇ ਹੋ ਜੀ ਇਹ ਬਹੁਤ ਦੂਰ ਦਰਾਜ ਦੇ ਇਲਾਕਿਆਂ ਤੋਂ ਆਉਂਦੇ ਨੇ ਪੂਰੀ ਪੂਰੀ ਰਾਤ ਪੂਰਾ ਪੂਰਾ ਦਿਨ ਇੱਥੇ ਗੁਜ਼ਾਰਦੇ ਨੇ ਔਰ ਆਣ ਕੇ ਤਾਂ ਮਛਰੀ ਦਾ ਸ਼ਿਕਾਰ ਕਰਦੇ ਨਾ ਮਛਰੀ ਪਕੜ ਕੇ ਖੜਦੇ ਔਰ ਇਹ ਉਹ ਤਰਬੇਲਾ ਜੀਲ ਹੈ ਜਿਸ ਨੇ 84 ਗਰਾਮਾਂ ਕੋ متاثر ਕੀਤਾ ਸਾ ਔਰ 84 ਗਰਾਮਾਂ ਦੇ ਵਿੱਚ ਇਹ ਆਸਾਂ ਦਾ ਆਪਣਾ ਗਰਾਹ ਕੱਚੀ ਵੀ ਮੌਜੂਦ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਜੀਲ ਦੇ ਕਿਨਾਰੇ ਤਾਂ ਦੋ ਮਲੇ ਇਹਨਾਂ ਕੇ ਜਿਹੜੇ ਬਿਲਕੁਲ ਜੀਲ ਦੇ ਕਿਨਾਰੇ ਤਾਂ ਉਹਨਾਂ ਦੇ ਮਕਾਨ ਬਣੇ ਨੇ ਅਗਰ ਘਰੋਂ ਨਿਕਲ ਕੇ ਛਾਲ ਮਾਰੋ ਤਾਂ ਸਿੱਧੇ ਪਾਣੀਆਂ ਦੇ ਵਿੱਚ ਇਹ ਜਿਹੜਾ ਮਹੱਲਾ ਦਸਾਂ ਕੋ ਮੈਂ ਦੱਸ ਰਿਹਾ ਜੀ ਇਹ ਮਹੱਲਾ ਕਰਸਾਂਡਾ ਕੱਚੀ ਦੇ ਗ੍ਰਾਮ ਵਿੱਚ ਤੇਰੇ ਬਿਹਰਾ ਜੀਲ ਦੇ ਬਿਲਕੁਲ ਕਿਨਾਰੇ ਉਸ ਤੋਂ ਬਾਅਦ ਦੂਆ ਮਹੱਲਾ ਮੈਂ ਤੁਹਾਨੂੰ ਦੱਸਦਾ ਜੀ ਇਨਸ਼ਾਅੱਲਾ ਦੂਆ ਕੁਮਾਨਾਲ ਸਾਹ ਦੇਖ ਸਕਦੇ ਹੋ ਜੀ ਇਹ ਹੈ ਜੀ ਮਹੱਲਾ ਦਖਣ ਬਿਲਕੁਲ ਜੀਲ ਦੇ ਕਿਨਾਰੇ ਜਿਹੜੇ ਵੇਲੇ ਮਰਜ਼ੀ ਛਾਲ ਮਾਰ ਕੇ ਤੁਸੀਂ ਜੀਲ ਦੇ ਵਿੱਚ ਆ ਕੇ ਨਹਾ ਸਕਦੇ ਹੋ ਸ਼ਿਕਾਰ ਕਰ ਸਕਦੇ ਹੋ ਔਰ ਜਿਸ ਆਦਮੀਆਂ ਕੋ ਅਗਰ ਤੈਰਨਾ ਨਹੀਂ ਆਂਦਾ ਉਸੇ ਕਾ ਦਰਖਾਸਤ ਹੈ ਕਿ ਉਹ ਇਸ ਤਰਬੇਲਾ ਜੀਲ ਦੇ ਵਿੱਚ ਨਾਣਾ ਦੀ ਕੋਸ਼ਿਸ਼ ਨਾ ਕਰੇ ਇਸ ਵਾਸਤੇ ਕਿ ਇਸ ਦਾ ਪਾਣੀ ਬਹੁਤ ਗਹਿਰ ਹੈ ਔਰ ਜਿਹੜਾ ਬੰਦਾ ਤੈਰਨਾ ਨਹੀਂ ਜਾਣਦਾ ਉਸ ਬੰਦੇ ਕੋ ਪਾਣੀ ਤਨਾ ਜ਼ਮੀਰੇ ਪਾਸੇ ਛਕਦਾ ਹੈ ਔਰ ਡਬਾਉਣਾਂ ਦੀ ਕੋਸ਼ਿਸ਼ ਕਰਦਾ ਹੈ ਔਰ ਬੰਦਾ ਡੁੱਬ ਜੁਲਦਾ ਹੈ ਔਰ ਕਈ ਇਸ ਤਰ੍ਹਾਂ ਦੇ ਹਾਦਸੇ ਇਸ ਤੋਂ ਪਹਿਲਾਂ ਵੀ ਹੋ ਚੁੱਕੇ ਨੇ ਦੋਸਤੋ ਬਾਤ ਹੀ ਬਦਲੇ ਬੈ ਕਿ ਇਸ ਤਰ੍ਹਾਂ ਦੇ ਹਾਸਿਆਂ ਦੇ ਕਈ ਇਮਕਾਨ ਹੁੰਦੇ ਇਸ ਤਰ੍ਹਾਂ ਦੇ ਪਾਣੀਆਂ ਦੇ ਵਿੱਚ ਜਿਹੜਾ ਬੰਦਾ ਤਰਨਾ ਨਹੀਂ ਜਾਣਦਾ ਉਸ ਕੋਈ ਸਾ ਨਾਲਾਂ ਦੀ ਕੋਈ ਵੀ ਜ਼ਰੂਰਤ ਨਹੀਂ ਕਿਉਂਕਿ ਬਹੁਤ ਖਤਰਨਾਕ ਪਾਣੀ ਹੈ ਬਹੁਤ ਗਹਿਰਾ ਪਾਣੀ ਹੈ ਇਸ ਦੀ ਗਹਿਰਾਈ ਦਾ ਕੋਈ ਪਤਾ ਨਹੀਂ ਲੱਗਦਾ ਔਰ ਇਸ ਦੇ ਵਿੱਚ ਨਾਲਾਂ ਦੀ ਕੋਸ਼ਿਸ਼ ਨਾ ਕਰੋ ਹਾਲ ਬਤਾ ਸਾਈਡਾਂ ਤਾਂ ਬੈਠ ਕੇ ਤੁਸੀਂ ਆਪਣਾ ਮੱਛੀ ਦਾ ਸ਼ਿਕਾਰ ਰਾਡ ਦੇ ਨਾਲ ਕਰ ਸਕਦੇ ਹੋ 500 ਰੁਪਏ ਦੀ ਪਰਚੀ ਹੈ ਬਸ਼ੀਰ ਭਾਈ ਨੇ ਦੱਸਿਆ ਕਿ ਭਾਈ ਦੋ ਪਰ ਦੋ ਰਾਡ ਤੁਸੀਂ ਇੱਕ ਹੀ ਪਰਚੀ ਦੇ ਉੱਤਾ ਇਸਤੇਮਾਲ ਕਰ ਸਕਦੇ ਹੋ ਪੂਰਾ ਦਿਨ 24 ਘੰਟੇ ਆਸੇ ਤੁਸਾਂ ਕੋਲ 500 ਰੁਪਏ ਦੀ ਉਹ ਪਰਚੀ ਹੋਸੀ ਤੇ ਅਸਾਂ ਦੇ ਇਲਾਕੇ ਕਿੰਨੇ ਖੂਬਸੂਰਤ ਐ ਤੁਸਾਂ ਦੇਖ ਸਕਦੇ ਹੋ ਅਸਾਂ ਦੇ ਪਹਾੜਾਂ ਦੇ ਨਜ਼ਾਰੇ ਦੇਖ ਸਕਦੇ ਹੋ ਅਸਾਂ ਦੇ ਪਾਣੀਆਂ ਦਾ ਨਜ਼ਾਰਾ ਦੇਖ ਸਕਦੇ ਹੋ ਅਸਾਂ ਦੇ ਗ੍ਰਾਂਡ ਦਾ ਨਜ਼ਾਰਾ ਦੇਖ ਸਕਦੇ ਹੋ ਇੱਥਾ ਜਿਹੜੇ ਲੋਕ ਆਂਦੇ ਨੇ ਜਿਹੜੇ ਫਿਰਨਾ ਟੁਰਨ ਵਾਲੇ ਲੋਕ ਆਂਦੇ ਨੇ ਵਿਜ਼ਿਟ ਕਰਨ ਆਸੇ ਲੋਕ ਆਂਦੇ ਨੇ ਮੈਂ तमाम ਪੈਣਾ ਭਰਾਵਾ ਕਾ ਦਰਖਾਸਤ ਕਰਤਾ ਕਿ ਭਾਈ ਆਪਣੀਆਂ ਫੈਮਲੀਆਂ ਦੇ ਨਾਲ ਜ਼ਰੂਰ ਇਸ ਤਰਿਹਾਂ ਜੀਲ ਦਾ ਵਿਜ਼ਿਟ ਕਰੋ ਆਪਣੀਆਂ ਫੈਮਲੀਆਂ ਕੋ ਕਹਿਨ ਕਿ ਆਓ ਆਪਣੇ ਬੱਚਿਆਂ ਕੋ ਕਹਿਨ ਕਿ ਆਓ ਔਰ ਇਸ ਜੀਲ ਦਾ ਆਣ ਕੇ ਵਿਜ਼ਿਟ ਕਰੋ ਇੱਥੇ ਆਣ ਕੇ ਫਿਰ ਉਡਰੋ ਕਸ਼ਤੀਆਂ ਇੱਥੇ ਮੌਜੂਦ ਹਨ ਕਸ਼ਤੀਆਂ ਦੇ ਵਿੱਚ ਬੈਠੋ ਔਰ ਜੀਲ ਦੇ ਨਜ਼ਾਰੇ ਕਰੋ ਔਰ ਬਹੁਤ ਹੀ ਖੂਬਸੂਰਤ ਇਲਾਕਾ ਹੈ ਇਸ ਜੀਲ ਦੇ ਨਾਲ ਇਸ ਗਰਾਂ ਦੀ ਖੂਬਸੂਰਤੀ ਦਾ ਮਜ਼ਾ ਜਿਹੜਾ ਹੈ ਉਹ ਇੱਕ ਆਪਣਾ ਹੀ ਮਜ਼ਾ ਹੁੰਦਾ ਔਰ ਆਰੋ ਪਾਰੋ ਪਹਾੜਾਂ ਦੇ ਨਾਲ ਟੱਚ ਔਰ ਸਬਜ਼ਾ ਇਸ ਜੀਲ ਦਾ ਕਲਰ ਜਿਸ ਤਰ੍ਹਾਂ ਦਾ ਪਹਾੜਾਂ ਦਾ ਕਲਰ ਹੋ ਸੀ ਉਸੇ ਤਰੀਕੇ ਨਾਲ ਜੀਲ ਦਾ ਕਲਰ ਹੁੰਦਾ ਹੈ ਗ੍ਰੀਨ ਸ਼ੇਡ ਦੇ ਨੇ ਪਹਾੜ ਤੇ ਗ੍ਰੀਨ ਹੋ ਜੁਲਸੀ उस तो बाद अगर पिछला टाइम है तो आसमान अगर नीला है तो फिर झील का कलर नीला हो जुलसी और बहुत ही जबरदस्त बहुत ही जबरदस्त किस्म के नज़ारे जी इस झील के और इस इलाके जरूर मतलब है कि आओ आ इन्ह इलाकों का विजिट करो और इस झील के बिच आ मतलब इन्जॉय करो और लाच बैठो खाओ पीओ फिरो ट्रो तो सौ तो पता लगे कि भाई ये कितने खूबसूरत इलाके ये देख सकते हो जी मैं जूम किया कि ता नाल है, पार चंजाले का ग्रां है ये जो मीनार नज़र आता है जी चंजाले की मस्जिद का मीनार है उची जगह तो बनाई गई है ये ए देख सकते हो जी शिकारी तो जिस जगह तल तो जी बिल्कुल झील का आखिरी किनारा देखो थे पत्थर नजर आ रहे पानिया बिल्कुल लैंड है जी इसी जी, झील इस, इस टाइम बिलकुल फुल होती है और बहुत ही खूबसूरत नज़ारे मैं सोचा कि भाई मैं अपने तमाम भैन नाल जेडे अगर इत मौजूद नहींन भी पाकिस्तान के जड़े कोने भी बैठे थे जो माड़ी वीडियो को देख सुन ਉਹਨਾਂ ਕੋ ਪਤਾ ਲੱਗ ਸੀ ਕਿ ਭਾਈ ਆਹ ਸੰਦਾ ਇਲਾਕਾ ਕਿਹੜੀ ਜਗ੍ਹਾ ਤਾਂ ਹੈ ਔਰ ਅਸਾਂ ਇਥਾ ਕਦੋਂ ਗਏ ਅਸੀਂ ਤਾਂ ਕਦੋਂ ਬੈਠੇ ਉਠਿਆ ਸੀ ਇਥੋਂ ਦੇਖ ਸਕਦੇ ਹੋ ਇਸ ਵਾਸਤੇ ਮੈਂ ਕੋਸ਼ਿਸ਼ ਕਰਦਾ ਕਿ ਭਾਈ ਮੈਂ ਆਪਣੇ तमाम ਪੈਣਾ ਭਰਾਵਾਂ ਦੇ ਨਾਲ ਆਪਣੇ ਇਲਾਕੇ ਕੋ ਜਿਆਦਾ ਜਿਆਦਾ ਸ਼ੇਅਰ ਕਰਾਂ ਔਰ ਤੁਸੀਂ ਜ਼ਰੂਰ ਦੇਖੋ ਔਰ ਪਸੰਦ ਕਰੋ ਮਾਣ ਮੈਂ ਇਥੋਂ ਕਰਦਾ ਜੀ वापसी थोड़ी में ग्रीनरी दस कितनी बेहतरीन जगह जी जी नाजरीन अभी मैं वीडियो तैयार तो की है देखो मैं अपना कितना खूबसूरत इलाका कितना खूबसूरत ग्रह कितना खूबसूरत झील का पानी मैं तो साल शेयर किया इसको जरूर देखो देख के लाइक करो शेयर करो सब्सक्राइब करो और एक दफा फिर मैं आ जो भैन भरा चैनल देता नवे हो वो भी इसको सब्सक्राइब करो ताकि माड़ियां भीडियो तथा तो तक बरवक पहुंचती रहे और जरूर इस झील दो आ विजिट करो और फिरो टुरो संग मजा अपनिया फैमिली को कहने के आओ फैमलिया के ना इत आ विजिट करो उन्होंने को भी पता लगे कि भाई घर बैठे बैठे हर कोई बोर हो जुलता है तंग हो जुल्द और इस चीज़ का जो नजारा कर सौ जो विजिट कर सो फिर सो टूर सो सक मज़ा आसी तो तुम्हें फैमिली को आसी ये जे इलाके देखना जो कि मतलब यह बहुत घट्ट मिलते हैं इस वास्ते मैं सोचिए कि भाई मैं इस इलाके का जरूर विजिट कराव और जरूर तुम इत आओ आ इस इलाके का विजिट करो मैं उम्मीद करता कि माड़ी अभी भी जरूर तुम पसंद आई उसी जरूर देख सो और अपना हमेशा ख्याल रखो दुआओं में याद रखो अल्लाह ताला सारे भैन भावों को अपनी मान भी रखे तो मेरे से भी दुआ कर सो मैं तुस दुआ कर स इस तक इजाजत रब सोने दे वाले